प्यारे दर्शकों पिछले दिन ही मैं एक बात की थी कि ਤੁਸੀਂ ਜਦ ਵੀ ਬਾਸ਼ ਬੇਸਨ ਤੇ ਹੱਥ ਧੋਣੇ ਨੇ ਤਾਂ ਘੱਟ ਤੋਂ ਕਿਉਂਕਿ ਕਰੋਨਾ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਹੱਥ ਧੋਣ ਦੀ ਆਦਤ ਪੈ ਗਈ ਆ ਤੇ ਸਾਰਾ ਦਿਨ ਅਸੀਂ ਕੈਮੀਕਲ ਬੇਸਡ ਜਿਹੜੇ ਹੈਂਡ ਵਾਸ਼ ਹੈ ਜਾਂ ਅਸੀਂ ਸਾਬਨ ਵਰਤਦੇ ਆ ਉਹਦੇ ਚ ਸੋਡੀਅਮ ਲੌਰਲ ਸਲਫੇਟ ਹੁੰਦਾ ਹੈ ਜਿਹੜਾ ਕਿ ਸਾਡੇ ਲਈ ਠੀਕ ਨਹੀਂ ਆ ਕਿਉਂਕਿ ਉਹ ਜਦੋਂ ਵੀ ਤੁਹਾਡੀ ਚਮੜੀ ਤੇ ਐਂਦਾ ਕਰਕੇ ਤੁਸੀਂ ਇਹਨੂੰ ਲਾਉਂਦੇ ਹੋ ਤਾਂ ਉਹ ਕੈਮੀਕਲ ਬੇਸਡ ਜਿਹੜਾ ਹੁੰਦਾ ਹੈ ਉਹ ਕੈਮੀਕਲ ਦੋਨੋਂ ਹੀ ਤੁਹਾਡੇ ਚਮੜੀ ਦੇ ਅੰਦਰ ਮਸਾਮਾ ਰਾਹੀਂ ਅੰਦਰ ਚਲੇ ਜਾਂਦੇ ਨੇ ਤੇ ਸਰੀਰ ਦੇ ਉੱਤੇ ਜਦੋਂ ਉਹ ਕਿਤੇ ਨਾ ਕਿਤੇ ਜਾ ਕੇ ਤੁਹਾਡੇ ਬਲੱਡ ਦੇ ਅੰਦਰ ਜਾ ਕੇ ਤੁਹਾਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਅਸੀਂ ਜਦੋਂ ਵਾਰ-ਵਾਰ ਹੱਥ ਧੋਣਿਆਂ ਤਾਂ ਫਿਰ ਵਾਰ-ਵਾਰ ਕੈਮੀਕਲ ਤੁਹਾਡੇ ਮਸਾਮਾ ਰਾਹੀਂ ਤੁਹਾਡੇ ਸਰੀਰ ਅੰਦਰ ਜਾਂਦਾ ਜੋ ਕਿ ਤੁਹਾਡੇ ਲਈ ਬਿਲਕੁਲ ਵੀ ਠੀਕ ਨਹੀਂ ਹੈ ਪਰ ਹੁਣ ਇਹ ਸਵਾਲ ਪੈਦਾ ਹੁੰਦਾ ਫਿਰ ਹੱਥ ਧੋਈਏ ਕਿਵੇਂ ਤੇ ਮੈਂ ਤਾਂ ਕਿਹਾ ਸੀ ਤੁਸੀਂ ਘੱਟ ਧੋਲਿਆ ਕਰੋ ਖਾਣਾ ਖਾਣ ਵੇਲੇ ਧੋਲਿਆ ਕਰੋ ਅੱਗੇ ਪਿੱਛੇ ਨਾ ਸਾਰਾ ਦਿਨ ਧੋਈ ਜਾਇਆ ਕਰੋ ਪਰ ਜੇ ਤੁਸੀਂ ਵਾਰ-ਵਾਰ ਵੀ ਧੋਂਦੇ ਹੋ ਤਾਂ ਤੁਸੀਂ ਕੀ ਕਰੋਗੇ ਇਹ ਜਿਹੜੀ ਸਾਬਣ ਹੈ ਨਾ ਜਿਹਨੂੰ ਅਸੀਂ ਭੁੱਲ ਗਏ ਹੁਣ ਮੈਂ ਇਹਦੀ ਖਾਸੀਅਤ ਦੱਸਾਂਗਾ ਔਰ ਤੁਹਾਨੂੰ ਹਾਸਾ ਵੀ ਆਏਗਾ ਕਿ ਇਹ ਨਹੀਂ ਚੰਗੀ ਆ ਬਿਲਕੁਲ ਚੰਗੀ ਆ ਜੀ ਇਹ ਨਿਰੋਲ ਸਾਬਣ ਹੈ ਜਿਹੜੀ ਸਾਡੇ ਬਜ਼ੁਰਗਾਂ ਨੇ ਬਣਾਈ ਸੀ ਬਣਦੀ ਪਤਾ ਕਦ ਤੁਸੀਂ ਹੁਣ ਤੁਸੀਂ ਸੋਚਿਆ ਜੇ ਇੱਕ ਕਾਸਟਿਕ ਸੋਡਾ ਤੇ ਇੱਕ ਕੋਈ ਵੀ ਤੇਲ ਸਰੋਂ ਦਾ ਹੋਵੇ ਨਾਰੀਅਲ ਦਾ ਹੋਵੇ ਕਿਸੇ ਵੀ ਤਿਲ ਦਾ ਤੇਲ ਇੱਥੋਂ ਤੱਕ ਕਿ ਡਾਲਡਾ ਕਿ ਉਹ ਵੀ ਪਾ ਕੇ ਉਹ ਡਾਲਡਾ ਕਿ ਕੀ ਹੁੰਦਾ ਉਹ ਵੀ ਕਾਟਨ ਸੀਡ ਆਇਲ ਹੁੰਦਾ ਕਿਤੇ ਨਾ ਕਿਤੇ ਸੂਰਜਮੁਖੀ ਦਾ ਤੇਲ ਹੁੰਦਾ ਹੈ ਯਾਨੀ ਆਇਲ ਕੋਈ ਵੀ ਹੋਵੇ ਤੇ ਕਾਸਟਿਕ ਸੋਡਾ ਹੋਵੇ ਤੇ ਦੋਨਾਂ ਦੇ ਮਿਲਾਉਣ ਤੇ ਸਾਬਣ ਤਿਆਰ ਹੋ ਜਾਂਦੀ ਆ ਜਦ ਇਹ ਸਾਬਣ ਇੱਕ ਮਹੀਨਾ ਪਈ ਰਹਿੰਦੀ ਹੁਣ ਤੁਸੀਂ ਆਖੋਗੇ ਕਾਸਟਿਕ ਵੀ ਤਾਂ ਖੈਰ ਅੱਥੀ ਚੀਜ਼ ਨਹੀਂ ਹਾਂ ਭਲਿਓ ਮੰਨਿਆ ਮੈਂ ਕਿ ਉਹ ਵੀ ਇੱਕ ਕੈਮੀਕਲ ਵਰਗੀ ਚੀਜ਼ ਆ ਪਰ ਜਦ ਉਹ 1 ਮਹੀਨੇ ਲਈ ਬਣ ਕੇ ਪਈ ਰਹਿੰਦੀ ਆ ਤੇ 1 ਮਹੀਨੇ ਬਾਅਦ ਜਿਹੜਾ ਕੈਮੀਕਲ ਉਹਦਾ ਹੁੰਦਾ ਉਹ ਸੌਫਨੀਫਿਕੇਸ਼ਨ ਬੋਲਦੇ ਆ ਉਹਦੇ ਨਾਲ ਉਹਦਾ ਅਸਰ ਖਤਮ ਹੋ ਜਾਂਦਾ ਤੇ ਇੱਕ ਝੱਗਦਾਰ ਚੀਜ਼ ਨੂੰ ਤੋੜਨ ਵਾਲੀ ਚੀਜ਼ ਨੂੰ ਸਾਫ਼ ਕਰਨ ਵਾਲੀ ਯਾਨੀ ਕਿ ਉਹਦੇ ਵਿੱਚ ਜਿਹੜੇ ਮੈਲ ਦੇ ਕਣ ਆ ਉਹਨਾਂ ਨੂੰ ਤੋੜ ਕੇ ਕਰਕੇ ਉਹਨੂੰ ਸਾਫ਼ ਕਰ ਦਿੰਦੀ ਆ ਤਾਂ ਇਹ ਵਾਲੀ ਸਾਬਣ ਨੂੰ ਹੁਣ ਤੁਸੀਂ ਲੈਬ ਚੈੱਕ ਕਿਵੇਂ ਕਰੋਗੇ ਵੀ ਇਹ ਤੁਹਾਡੇ ਲਈ ਠੀਕ ਤੇ ਕਿਵੇਂ ਠੀਕ ਆ ਇਹਦਾ ਤਜਰਬਾ ਇਹ ਆ ਕਿ ਇਸ ਨੂੰ ਤੁਸੀਂ ਬਾਹਰਲੇ ਪਾਸੇ ਕਿਤੇ ਰੱਖ ਦਿਓ ਆਪਣੇ ਘਰ ਦੇ ਵਿੱਚ ਤੇ ਕਾਂ ਆ ਕੇ ਇਹਦੇ ਚ ਚੁੰਝਾ ਮਾਰ ਕੇ ਇਹਨੂੰ ਖਾ ਜਾਊਗਾ ਜਦੋਂ ਖਾਜੂਗਾ ਜਿਹੜੀ ਚੀਜ਼ ਨੂੰ ਖਾਣ ਨਾਲ ਕਾਂ ਦਾ ਨੁਕਸਾਨ ਕੋਈ ਨਹੀਂ ਹੋ ਰਿਹਾ ਤਾਂ ਸਮਝੋ ਤੁਹਾਡੇ ਲਾਉਣ ਨਾਲ ਤੇ ਨੁਕਸਾਨ ਹੋਣ ਦਾ ਕੋਈ ਚਾਂਸ ਹੀ ਨਹੀਂ ਹੈ ਸੋ ਕਬਰੀ ਫੇਰ ਇਸ ਗੱਲ ਨੂੰ ਸੁਣਾਜੇ ਤੁਹਾਡੀ ਨਿਰਮਾ ਨੂੰ ਤੁਹਾਡੀ ਡੱਬ ਨੂੰ ਤੁਹਾਡੀ ਲਖਸ ਨੂੰ ਕਦੇ ਵੀ ਕਾਂ ਨੇ ਚੁੰਝ ਮਾਰੀ ਹੋਵੇ ਤੇ ਮੈਂ ਤੁਹਾਡਾ ਦੇਣਦਾਰ ਰਾਵਾਂਗਾ ਕਿਉਂਕਿ ਉਹਨੂੰ ਵੀ ਪਤਾ ਏਡਾ ਸਿਆਣਾ ਹੈ ਕਿ ਇਹਦੇ ਵਿੱਚ ਕੈਮੀਕਲ ਹੈ ਉਹਨੇ ਕਦੇ ਨਹੀਂ ਖਾਧਾ ਤੇ ਜਦ ਤੁਸੀਂ ਆਹ ਦੇਸੀ ਸਾਬਣ ਨਿਰੋਲ ਸੋਪ ਨੂੰ ਬਾਹਰ ਰੱਖ ਕੇ ਦੇਖਿਆ ਜੇ ਇਹਦੇ ਵਿੱਚ ਆ ਕੇ ਕਾਂ ਜਿਹੜਾ ਹੈ ਇਹਨੂੰ ਚੱਕ ਕੇ ਲੈ ਜਾਏਗਾ ਜੇ ਹਲਕੀ ਹੋਈ ਤਾਂ ਕਿਸੇ ਰੁੱਖ ਤੇ ਬਹਿ ਕੇ ਖਾਏਗਾ ਤੇ ਜੇ ਭਾਰੀ ਹੋਈ ਤਾਂ ਵਾਰ-ਵਾਰ ਚੁੰਝਾਂ ਮਾਰ-ਮਾਰ ਕੇ ਇਹਦੇ ਵਿੱਚੋਂ ਖਾ ਕੇ ਜਾਏਗਾ ਤੇ ਤੁਸੀਂ ਕਾਂ ਨੂੰ ਵੇਖ ਲਿਆ ਜੇ ਉਹਦਾ ਧਿਆਨ ਰੱਖ ਲਿਆ ਜੇ ਉਹ ਨਹੀਂ ਮਰਨਾ ਉਹਨੇ ਬਿਮਾਰ ਵੀ ਨਹੀਂ ਹੋਣਾ ਠੀਕ ਹੈ ਕਹਿਣ ਦਾ ਮਤਲਬ ਕਿ ਇੰਨਾ ਕੁ ਇਹ ਸੁਰੱਖਿਤ ਹੋ ਜਾਂਦਾ ਕਿਉਂਕਿ ਇਹਦੇ ਵਿੱਚ 1 ਮਹੀਨੇ ਬਾਅਦ ਜਿਹੜੀ ਇਹਦੇ ਚੇਂਜਸ ਆ ਜਾਂਦੀ ਹੈ ਸੋ ਇਹ ਜ਼ਿਆਦਾ ਠੀਕ ਹੈ ਐਵੇਂ ਟੌਰ ਟੌਰ ਦੇ ਵਿੱਚ ਆਪਾਂ ਹੀ ਸਿਹਤ ਨੂੰ ਖਰਾਬ ਨਾ ਕਰੀਏ ਗਵਾਸ਼ ਬੇਸਨ ਦੇ ਮਗਰਲੇ ਪਾਸੇ ਰੱਖ ਲਓ ਜੀ ਜਦੋਂ ਘਰ ਘਰ ਦੇ ਜੇ ਤਾਂ ਸਾਹਮਣੇ ਰੱਖੀ ਰੱਖੋ ਤੇ ਜਿੱਦਨ ਤੁਹਾਡੇ ਘਰੇ ਟੌਰ ਬਣਾਉਣੀ ਹੋਵੇ ਕੋਈ ਆਇਆ ਗਿਆ ਹੋਵੇ ਤੇ ਥੋੜਾ ਜਿਹਾ ਲਕੋਕੇ ਹੀ ਉਹ ਯੂਜ਼ ਕਰ ਲਿਆ ਕਰੋ ਵੈਸੇ ਅੱਜ ਕੱਲ ਸਿਆਣੇ ਬਿਆਣੇ ਸਾਰੇ ਸਮਝਦੇ ਨੇ ਸੋ ਐਦੀ ਆਦਤ ਅਸੀਂ ਪਾ ਲਈਏ ਦੂਜਾ ਗੱਲ ਹੁਣ ਵਾਲਾਂ ਦੀ ਗੱਲ ਹੈ ਵਾਲ ਤੁਹਾਡੇ ਝੜ ਰਹੇ ਨੇ ਜਾਦ ਦਾ ਤੁਹਾਡੇ ਘਰ ਸ਼ੈਂਪੂ ਆਇਆ ਕੀ ਤੁਹਾਡੇ ਵਾਲ ਠੀਕ ਹੋਏ ਨੇ ਨਹੀਂ ਹੋਏ ਨਾ ਫਿਰ ਤੁਸੀਂ ਕੀ ਕਰੋ ਤੁਸੀਂ ਇਹਦਾ ਯੂਜ਼ ਕਰਕੇ ਦੇਖੋ ਹੋ ਸਕਦਾ ਕਈਆਂ ਦੇ ਵਾਲਾਂ ਨੂੰ ਸੂਟ ਕਰ ਦੇ ਕਾਸਟਿਕ ਸੋਡੇ ਤੋਂ ਡਰੋ ਨਾ ਤੁਸੀਂ ਯੂਜ਼ ਕਰਕੇ ਦੇਖੋ ਮੈਂ ਕਰਕੇ ਦੇਖਿਆ ਇਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਸ਼ੈਂਪੂ ਨਾਲੋਂ ਤੇ ਜ਼ਿਆਦਾ ਬੈਟਰ ਹੈ ਇਹਦੇ ਵਿੱਚ ਘੱਟੋ ਘੱਟ ਕਿਸੇ ਚਿਕਨਾਈ ਦਾ ਤਾਂ ਹੈ ਨਾਲ ਕਿਸੇ ਸਾਫ਼ ਕਲੀਨਿਕ ਏਜੰਟ ਦੇ ਨਾਲ ਇਹਦੇ ਵਿੱਚ ਚਿਕਨਾਈ ਆ ਤੇ ਜਿਹੜਾ ਤੁਹਾਡਾ ਸ਼ੈਂਪੂ ਆ ਜਾਂ ਹੋਰ ਹੈ ਉਹਦਾ ਬੇਸ ਤੱਕ ਤੇ ਹੈ ਹੀ ਨਹੀਂ ਆਇਲ ਉਹਦੇ ਵਿੱਚ ਤਾਂ ਉਹਦੇ ਨੁਕਸਾਨ ਜ਼ਿਆਦਾ ਹੋਣਗੇ ਦੂਜੀ ਗੱਲ ਹੈ ਜੇ ਬਹੁਤ ਜ਼ਿਆਦਾ ਤੁਹਾਨੂੰ ਲੱਗਦਾ ਇੱਕ ਵਾਰ ਆ ਸ਼ੈਂਪੂ ਲਾ ਕੇ ਤੁਸੀਂ ਵਾਲਾਂ ਨੂੰ ਧੋ ਲੋ ਨੈਕਸਟ ਟਾਈਮ ਕਈਆਂ ਨੂੰ ਦੋ ਵਾਰੀ ਲਾਉਣੇ ਪੈਂਦੇ ਵਾਲ ਕੇਸ ਭਾਰੇ ਨੇ ਤਾਂ ਉਹਨੂੰ ਦੁਬਾਰਾ ਇਹਨੂੰ ਲਾ ਕੇ ਦੇਖੋ ਇਹ ਇੱਕ ਨੂੰ ਕੱਲੇ ਨੂੰ ਲਾ ਕੇ ਦੇਖੋ ਕੱਲਾ ਸਰੀ ਜੰਮਦਾ ਤਾਂ ਫਿਰ ਤੁਸੀਂ ਸ਼ੈਂਪੂ ਨਾਲ ਪਹਿਲਾਂ ਨੂੰ ਹਲਕਾ ਜਿਹੜਾ ਸਾਫ਼ ਕਰ ਲਓ ਉਸ ਤੋਂ ਬਾਅਦ ਤੁਸੀਂ ਇਹਨੂੰ ਲਾ ਕੇ ਦੇਖੋ ਜਿਹੜੇ ਵੀਰਾਂ ਨੇ ਦਾੜਾ ਪ੍ਰਕਾਸ਼ ਕੀਤਾ ਹੋਇਆ ਉਹਦੇ 'ਚ ਜਾਨਾ ਮਿੱਟੀ ਵਗੈਰਾ ਪੈ ਜਾਂਦੀ ਆ ਜਾਂ ਕੁਛ ਡਸਟ ਪੈ ਜਾਂਦੀ ਆ ਤੇ ਉਹਨਾਂ ਨੂੰ ਲੱਗਦਾ ਕਿ ਮੈਨੂੰ ਰੋਜ਼ਾਨਾ ਵਾਸ਼ ਕਰਨਾ ਪਏਗਾ ਵੈਸੇ ਰੋਜ਼ਾਨਾ ਵਾਸ਼ ਨਹੀਂ ਕਰਨਾ ਚਾਹੀਦਾ ਹਰ ਕਰਨਾ ਪੈਂਦਾ ਤੁਹਾਡਾ ਐਸਾ ਕੰਮ ਕਰਾ ਹੈ ਤਾਂ ਤੁਸੀਂ ਇਹਦੇ ਨਾਲ ਵਾਸ਼ ਕਰਕੇ ਦੇਖਿਆ ਜੇ ਕੁਛ ਦਿਨ ਇੱਕ ਹਫ਼ਤਾ ਤੁਸੀਂ ਸ਼ੈਂਪੂ ਨਾਲ ਵਾਸ਼ ਕਰੋ ਇੱਕ ਹਫ਼ਤਾ ਤੁਸੀਂ ਇਹਦੇ ਨਾਲ ਵਾਸ਼ ਕਰੋ ਫਿਰ ਦੇਖੋ ਦੋਨਾਂ 'ਚ ਫਰਕ ਕੀ ਆ ਤੁਸੀਂ ਇੱਕ ਇੱਕ ਮਹੀਨਾ ਕਰਕੇ ਦੇਖੋ ਕੀ ਤੁਹਾਡਾ ਹੈਅਰ ਫਾਲ ਠੀਕ ਹੁੰਦਾ ਤਾਂ ਫਿਰ ਇਹ ਚੀਜ਼ ਨਾਇਾਬ ਤੋਹਫਾ ਤੇ ਜੇ ਤੁਹਾਡਾ ਹੈਅਰ ਫਾਲ ਹੁੰਦਾ ਫਿਰ ਤੁਸੀਂ ਬੰਦ ਕਰ ਸਕਦੇ ਹੋ ਤੁਸੀਂ ਆਪਣਾ ਫੈਸਲਾ ਲੈ ਸਕਦੇ ਹੋ ਮੈਂ ਤੇ ਕਰਕੇ ਦੇਖਿਆ ਮੇਰਾ ਤੇ ਹੈਅਰ ਫਾਲ ਨਹੀਂ ਹੁੰਦਾ ਦੂਜੀ ਗੱਲ ਰਹੀ ਹੁਣ ਜਿਹੜੇ ਆਪੇ ਗੁਰੂ ਘਰ ਦੇ ਵਿੱਚ ਤੁਸੀਂ ਜਾਂਦੇ ਹੋ ਗੁਰੂਦਵਾਰਾ ਸਾਹਿਬਾਨ ਦੇ ਵਿੱਚ ਚੌਰ ਜਿਹੜਾ ਅਸੀਂ ਕਰਦੇ ਆ ਉਹ ਜਿਹੜਾ ਕੁਝ ਦਿਨਾਂ ਬਾਅਦ ਉਹਦਾ ਰੰਗ ਵੱਟ ਜਾਂਦਾ ਉਹ ਵੀ ਮੈਲਾ ਹੋ ਜਾਂਦਾ ਤੇ ਉਹਦੀ ਸੇਵਾ ਕਰਨ ਦੇ ਲਈ ਉਹਦੀ ਸਾਫ ਸਫਾਈ ਦੇ ਲਈ ਤੁਸੀਂ ਕਿਸੇ ਸ਼ੈਂਪੂ ਨਾਲ ਧੋ ਲਿਆ ਦਿਓ ਉਹ ਕਦੇ ਵਾਸ਼ ਨਹੀਂ ਹੋਏਗਾ ਪੂਰਾ ਨਿਖਰੇਗਾ ਨਹੀਂ ਪਰ ਤੁਸੀਂ ਜੇ ਐਸ ਦੇਸੀ ਸਾਬਣ ਨਾਲ ਧੋ ਲਿਆ ਬਸ ਚੰਗੀ ਕੁਆਲਿਟੀ ਦੀ ਹੋਵੇ ਇਹਨਾਂ ਤੇ ਆ ਰੱਖਣਾ ਹੈ ਅਗਰ ਤੁਸੀਂ ਇਹਦੇ ਨਾਲ ਵਾਸ਼ ਕਰੋਗੇ ਤਾਂ ਉਹਦੀ ਸਫਾਈ ਬਹੁਤ ਅੱਛੀ ਹੋ ਜਾਏਗੀ ਇੱਕਦਮ ਖਿਲ ਜਾਏਗਾ ਉਹਦਾ ਸਫੇਦ ਜਿਹੜੇ ਔਵਾਲ ਨਿਕਲ ਜਾਣਗੇ ਸੋ ਇਹਦਾ ਮਤਲਬ ਕਿ ਇਹ ਕਿੰਨਾ ਕਿਤੇ ਉਪਯੋਗੀ ਹੈ ਸਾਡੇ ਲਈ ਵਧੀਆ ਦੂਜੀ ਗੱਲ ਜਿਨ੍ਹਾਂ ਨੂੰ ਸੋਰਸਿਸ ਹੈ ਜਿਨ੍ਹਾਂ ਦੇ ਚਮੜੀ ਦੇ ਰੋਗ ਠੀਕ ਹੋਣ ਦਾ ਨਾਂ ਨਹੀਂ ਲੈਂਦੇ ਉਹ ਆਪਣੇ ਕੱਪੜਿਆਂ ਨੂੰ ਕਦੇ ਵੀ ਵਾਸ਼ਿੰਗ ਪਾਊਡਰ ਨਾਲ ਨਾ ਧੋ ਉਹਦੇ ਵਿੱਚ ਵੀ ਸੋਡੀਅਮ ਲੌਰਲ ਸਪੇਟ ਕੈਮੀਕਲ ਉਹਨਾਂ ਦੇ ਨਾਲ ਜਾ ਕੇ ਟੱਚ ਕਰਦਾ ਤੇ ਉਹ ਕਿਉਂਕਿ ਵਾਸ਼ਿੰਗ ਪਾਊਡਰ ਤੁਹਾਡੇ ਕੱਪੜਿਆਂ ਚੋਂ ਸਾਰਾ ਨਹੀਂ ਨਿਕਲਦਾ ਅੱਜ ਚਮੜੀ ਦੇ ਬਰੋਕ ਬਹੁਤ ਨੇ ਪਹਿਲਾਂ ਹੈ ਨਹੀਂ ਸੀ ਉਹਦੀ ਕੀ ਵਜ੍ਹਾ ਹੈ ਕਿਉਂਕਿ ਪਹਿਲਾਂ ਇਹਦੇ ਨਾਲ ਕੱਪੜੇ ਧੁੱਪਦੇ ਸੀ ਅੱਜ ਵਾਸ਼ਿੰਗ ਪਾਊਡਰ ਨਾਲ ਧੁੱਪਦੇ ਆ ਤਾਂ ਕੀ ਫਰਕ ਪਿਆ ਇਹਦੇ ਨਾਲ ਉਹ ਆਪਣੇ ਕੱਪੜੇ ਧੋਓ ਜੀ ਤੁਸੀਂ ਵਾਸ਼ਿੰਗ ਪਾਊਡਰ ਨਾਲ ਧੋਣੇ ਬੰਦ ਕਰ ਦਿਓ ਜਿੰਨਾ ਚਮੜੀ ਦੇ ਰਹੂਗਾ ਤੁਸੀਂ 1 ਮਹੀਨਾ ਕਰਕੇ ਦੇਖ ਲਓ ਜੇ ਤੁਹਾਨੂੰ ਲੱਗਦਾ ਕਿ ਤੁਹਾਡ ਨੂੰ ਫਾਇਦਾ ਹੋਇਆ ਤਾਂ ਤੁਸੀਂ ਇਹਨੂੰ ਕੰਟੀਨਿਊ ਕਰ ਲਿਓ ਤੇ ਜੇ ਵੈਸਾ ਹੀ ਕੰਮ ਰਵੇ ਫਿਰ ਤੁਸੀਂ ਆਪਦੇ ਮਰਜ਼ੀ ਦੇ ਮਤਾਬਕ ਚੱਲ ਲਿਆ ਜੀ ਸੋ ਕਹਿਣ ਦਾ ਮਤਲਬ ਕਿ ਇਹ ਘਰ ਵੀ ਬਣਾਈ ਜਾ ਸਕਦੀ ਹੈ ਬਹੁਤ ਸਾਰੇ ਲੋਕ ਬਣਾਉਂਦੇ ਨੇ ਇਹਨੂੰ ਬਣਾਉਣ ਦਾ ਤਰੀਕਾ ਕੋਈ ਬੜਾ ਔਖਾ ਨਹੀਂ ਆ ਕਾਸਟਿਕ ਸੋਡੇ ਨੂੰ ਕਿਸੇ ਤੇਲ ਦੇ ਵਿੱਚ ਮਿਲਾਣਾ ਹੁੰਦਾ ਇਹਦੀ ਮਕਦਾਰ ਵਗੈਰਾ ਤੁਸੀਂ ਵੈਦ ਰਜੇਸ਼ ਕਪੂਰ ਨੂੰ ਦੇਖ ਸਕਦੇ ਹੋ ਉਹਨਾਂ ਨੇ ਬਣਾਉਣ ਦਾ ਤਰੀਕਾ ਦੱਸਿਆ ਉਹਨਾਂ ਦੀ ਵੀਡੀਓ ਦੇਖ ਸਕਦੇ ਹੋ ਘਰ ਬਣਾ ਸਕਦੇ ਹੋ ਕਿਸੇ ਤੇਲ ਦੇ ਵਿੱਚ ਇਹਨੂੰ ਬਣਾ ਸਕਦੇ ਹੋ ਕੋਈ ਔਖਾ ਕੰਮ ਨਹੀਂ ਹੈ ਨਹੀਂ ਤਾਂ ਇਹ ਬਣੀ ਬਣਾਈ ਨਿਰੋਲ ਸਾਬਣ ਕਿਸੇ ਅੱਛੀ ਕੰਪਨੀ ਦੀ ਲੈ ਲਓ ਤੇ ਇਹਨੂੰ ਇੱਕ ਮਹੀਨਾ ਘਰ ਰੱਖ ਲਓ ਵੈਸੇ ਤਾਂ ਇੱਕ ਮਹੀਨਾ ਨੂੰ ਆਉਂਦਿਆਂ ਆਉਂਦਾ ਲੱਗ ਜਾਂਦਾ ਪਰ ਤੁਹਾਡਾ ਵਹਿਮ ਹੈ ਤੇ ਇੱਕ ਮਹੀਨਾ ਨੂੰ ਹੋਰ ਪਈ ਰਹਿਣ ਦਿਓ 2 ਮਹੀਨੇ ਪਈ ਰਹਿਣ ਦਿਓ ਜਿਆਦਾ ਲੈ ਕੇ ਰੱਖ ਲਓ ਜਦੋਂ ਇਹ ਸਹੀ 1 ਮਹੀਨੇ ਬਾਅਦ ਇਹਦੀ ਜਿਹੜੀ ਆ ਉਸ ਆਫਨੀਕੇਸ਼ਨ ਦੁਆਰਾ ਇਹਦੇ ਕੈਮੀਕਲ ਜਿਹੜਾ ਹੈ ਉਹ ਬਹੁਤ ਡਾਊਨ ਚਲਾ ਜਾਏਗਾ ਔਰ ਇੱਕ achhi cheez ਪਿੱਛੇ ਬਚ ਜਾਏਗੀ ਸੋ ਇਹਦਾ ਪ੍ਰਯੋਗ ਤੁਸੀਂ ਕਰਨਾ ਮੇਰੇ ਖਿਆਲ ਆ ਤੁਸੀਂ ਮੇਰੇ ਪਿਆਰੇ ਪਿਆਰੇ ਦਰਸ਼ਕ ਇਹਦੇ ਤੋਂ ਜਰੂਰ ਲਾਭ ਉਠਾਓਗੇ ਔਰ ਤੁਸੀਂ ਮਹੀਨਾ 15 ਦਿਨ 20 ਦਿਨ ਪ੍ਰਯੋਗ ਕਰਕੇ ਆਪਣੇ ਕਮੈਂਟ ਦੇ ਵਿੱਚ ਜਰੂਰ ਲਿਖਿਆ ਜੇ ਔਰ ਜਿਹੜੇ ਵੀਰ ਯੂਜ਼ ਕਰਦੇ ਨੇ ਮੈਂ ਐਸੇ ਲੋਕ ਵੇਖੇ ਨੇ ਜਿਨ੍ਹਾਂ ਨੇ ਅਜ ਤੱਕ ਸਿਰ ਕਿਸੇ ਹੋਰ ਚੀਜ਼ ਨਾਲ ਨਹੀਂ ਤੋਤਾ ਉਹਨਾਂ ਦੇ ਕੇਸ ਘੱਟ ਚੜਦੇ ਨੇ ਔਰ ਜ਼ਿਆਦਾ ਕਾਲੇ ਨੇ ਇਹ ਆਸੀ ਤੁਹਾਨੂੰ ਪ੍ਰਮਾਣ ਜਿਹੜੇ ਆ ਪਿੰਡਾਂ ਵਿੱਚ ਲੋਕਾਂ ਤੋਂ ਪੁਰਾਣੇ ਬੰਦਿਆ ਤੋਂ ਮਿਲ ਜਾਣਗੇ ਸੋ ਉਹ ਵੀ ਤੁਸੀਂ ਦੇਖ ਲੈਣਾ ਔਰ ਜਿਹੜੇ ਲੋਕ ਯੂਜ਼ ਕਰ ਰਹੇ ਨੇ ਇਹਨੂੰ ਔਰ ਉਹਨਾਂ ਨੂੰ ਕੀ ਇਹਦਾ ਇਫੈਕਟ ਮਿਲਿਆ ਕੀ ਇਹਦਾ ਫਾਇਦਾ ਮਿਲਿਆ ਉਹ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਇਹ ਪੇਨ ਆਫ ਆਇਲ ਬੜੇ ਕੰਮ ਦਾ ਹੈ ਉਹਨਾਂ ਲੋਕਾਂ ਦੇ ਜਿਨ੍ਹਾਂ ਦੀਆਂ ਪਿੰਜੜੀਆਂ ਬਹੁਤ ਦੁਖਦੀਆਂ ਨੇ ਲੋਅਰ ਲਿੰ ਪੇਨ ਬਹੁਤ ਜ਼ਿਆਦਾ ਹੈ ਇਸ ਨੂੰ ਮੰਤਰ ਕਰ ਦਿੰਦਾ ਲਾਉਂਦਾ ਸਾਰੀ ਆਰਾਮ ਕਰਦਾ ਹੈ ਟ੍ਰਾਈ ਕਰਕੇ ਦੇਖੋ ਦੂਸਰਾ ਸ਼ਰੀਰ ਦੇ ਵਿੱਚ ਕੋਈ ਵੀ ਦਰਦ ਆ ਜਿੱਥੇ ਮਰਜ਼ੀ ਇਹਨੂੰ ਪ੍ਰਯੋਗ ਕਰੋ ਲਾਉਣ ਦਾ ਤਰੀਕਾ ਹੈ ਕਿ ਇਹਨੂੰ ਚੰਗੀ ਤਰ੍ਹਾਂ ਜਿਹੜਾ ਹੈ ਹਿਲਾ ਕੇ ਪ੍ਰਯੋਗ ਕਰਨਾ ਹੈ ਔਰ ਦੋ ਥਾਵਾਂ ਤੇ ਸਿਰ ਦੇ ਉੱਪਰ ਨਹੀਂ ਲਾਉਣਾ ਔਰ ਪੇਟ ਦੇ ਉੱਪਰ ਨਹੀਂ ਲਾਉਣਾ ਬਾਕੀ ਜਿੱਥੇ ਮਰਜ਼ੀ ਕੋਈ ਵੀ ਮਸਲ ਪੇਨ ਹੋ ਰਿਹਾ ਹੈ ਕੋਈ ਵੀ ਕਮਰ ਦਰਦ ਹੋ ਰਿਹਾ ਹੈ ਗਰਦਨ ਦਰਦ ਹੋ ਰਿਹਾ ਜਿੱਥੇ ਮਰਜ਼ੀ ਲਗਾਓ ਇਹਦਾ ਜਾਦੂ ਵਰਗਾ ਅਸਰ ਹੈ ਇਹਨੂੰ ਪ੍ਰਯੋਗ ਕਰਕੇ ਦੇਖੋ ਮੰਗਾਉਣ ਦਾ ਤਰੀਕਾ ਹੈ 200 ਰੁਪਏ Google Pay ਕਰਨਾ ਹੈ ਸਕਰੀਨ ਤੇ ਆ ਰਹੇ ਨੰਬਰ ਤੇ ਔਰ ਉਹਦਾ ਸਕਰੀਨ ਸ਼ਾਟ ਔਰ ਆਪਣਾ ਐਡਰੈਸ ਭੇਜੋ ਕੀਮਤ ਸਿਰਫ 200 ਰੁਪਇਆ ਸਮੇਤ ਡਾਕ ਖਰਚਾ